ਜਿਹੜਾ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ ਉਹ ਸਾਰੇ ਲੁਧਿਆਣਾ ਵਾਸੀਆਂ ਨੇ ਵੋਟਾਂ ਪਾਈਆਂ, ਕਿਸੇ ਨੇ ਪਾਈਆਂ, ਕਿਸੇ ਨੇ ਨਹੀਂ ਪਾਈਆਂ, ਇਹ ਸੈਪਰੇਟ ਇਸ਼ੂ ਹੈ ਜੀ ਜੀ। ਉਸੇ ਵਕਤ ਐਮ ਪੀ ਸਾਹਿਬ ਨੂੰ ਆਉਣਾ ਚਾਹੀਦਾ ਸੀ ਜੀ, ਪਰ ਮੇਰਾ ਘਰ ਹੈ ਥਾਪਰ ਸਾਹਿਬ, ਮੇਰੇ ਭਰਾ ਨੇ ਅੱਜ ਆਏ ਹੈ ਅਤੇ ਅਸੀਂ ਘਰ ਆਏ ਨੂੰ ਅਸੀਂ ਕੁਛ ਨਹੀਂ ਕਹਿ ਸਕਦੇ, ਅਤਿਥੀ ਦੇਵੋ ਭਵ, ਅਸੀਂ ਉਸ 'ਤੇ ਕੁਛ ਟਿੱਪਣੀ ਬਹੁਤੀ ਨਹੀਂ ਕਰ ਸਕਦੇ, ਪਰ ਮਨ ਨੂੰ ਪੀੜਾ ਬਹੁਤ ਹੈ ਕਿਉਂਕਿ ਇੱਕ ਅੱਜ ਹਿੰਦੂ 'ਤੇ ਐਸਾ ਹਮਲਾ ਹੋਇਆ, ਉਹ ਜਿਹੜੇ ਪਗੜੀਧਾਰੀ ਹੈ ਉਹ ਆ ਕੇ ਹਾਲ ਨਾ ਪੁੱਛਣ, ਇੱਥੇ ਕਿਤੇ ਨਾ ਕਿਤੇ ਕੋਈ ਬੋ ਐਸੀ ਆਉਂਦੀ ਹੈ ਜਿਹੜੀ ਅੱਛੇ ਸੰਕੇਤ ਨਹੀਂ ਦਿੰਦੀ ਸਮਾਜ ਔਰ ਲੁਧਿਆਣਾ ਨਿਵਾਸੀਆਂ ਦੇ ਲਈ। ਕਿਹਾ ਜਾ ਸਕਦਾ ਗਵਰਨਰ ਵੀ ਆਏ ਸੀਗੇ, ਉਹਨਾਂ ਨੇ ਵੀ ਉਹਨਾਂ ਨਾਲ ਜਾ ਕੇ ਮੁਲਾਕਾਤ ਨਹੀਂ ਕੀਤੀ, ਅੱਜ ਰਾਜਾ ਵੜਿੰਗ ਆਏ ਨੇ, ਉਹਨਾਂ ਨੇ ਵੀ ਕਹਿੰਦੇ ਕੋਈ ਖਾਸ ਗੱਲਬਾਤ ਨਹੀਂ ਕੀਤੀ, ਕੀ ਲੱਗ ਰਿਹਾ? ਦੇਖੋ ਜਦੋਂ ਗਵਰਨਰ ਸਾਹਿਬ ਆਏ ਉਸ ਵੇਲੇ ਇਹ ਥਾਪਰ ਸਾਹਿਬ ਬਹੁਤੇ ਠੀਕ ਨਹੀਂ ਸੀ, ਸੀਰੀਅਸ ਕੰਡੀਸ਼ਨ 'ਚ ਸੀ, ਉਹਨਾਂ ਦੀ ਮਿਸੀ ਨੂੰ ਉਹਨਾਂ ਦੇ ਪਰਿਵਾਰ ਨੂੰ ਬੁਲਾਇਆ ਗਿਆ ਸੀ, ਪਰ ਉਹ ਆਪਣੇ ਇੱਕ ਪਤੀ ਨੂੰ ਛੱਡ ਕੇ ਔਰਤ ਕਿੱਦਾਂ ਜਾ ਸਕਦੀ ਸੀ, ਉਹ ਮੁਮਕਿਨ ਨਹੀਂ ਸੀ। ਗਵਰਨਰ ਸਾਹਿਬ ਪਿਤਾ ਸਮਾਨ ਨੇ ਉਹਨਾਂ ਦੇ, ਅਤੇ ਜੇ ਫਿਰ ਕਿਸੇ ਵੇਲੇ ਟਾਈਮ ਮਿਲਿਆ ਜਾਂ ਜਾਊਗੇ ਉਹ ਆਪਣੀ ਵਿਆਖਿਆਨ ਦੱਸ ਕੇ ਆਉਣਗੇ, ਕਿਉਂਕਿ ਗਵਰਨਰ ਸਾਹਿਬ ਨੂੰ ਵਨ ਟ੍ਰੈਫਿਕ ਵਨ ਸਾਈਡ ਚੱਲਿਆ, ਜੋ ਸੀ ਪੀ ਸਾਹਿਬ ਨੇ ਜਾਂ ਡੀ ਸੀ ਸਾਹਿਬ ਨੇ ਗਾਈਡ ਕੀਤਾ ਉਹਦੇ ਮੁਤਾਬਕ ਉਹਨਾਂ ਕੋਲ ਫੀਡਬੈਕ ਪਹੁੰਚਿਆ, ਜਦੋਂ ਟੂ ਵੇ ਚੱਲੇਗਾ ਤਾਂ ਗਵਰਨਰ ਸਾਹਿਬ ਨੂੰ ਸਾਰੀ ਚੀਜ਼ ਪਤਾ ਚੱਲ ਜਾਏਗੀ ਵੀ ਥਾਪਰ ਸਾਹਿਬ ਦੀ ਮਿਸੀ ਕੀ ਕਹਿਣਾ ਚਾਹੁੰਦੀ, ਥਾਪਰ ਸਾਹਿਬ ਕੀ ਕਹਿਣਾ ਚਾਹੁੰਦੇ ਆ, ਹਿੰਦੂ ਸਮਾਜ ਕੀ ਕਹਿਣਾ ਚਾਹੁੰਦਾ। ਜੇ ਗੱਲ ਕਰੀਏ ਰਾਜਾ ਵੜਿੰਗ ਦੀ, ਕਿਤੇ ਨਾ ਕਿਤੇ ਉਹ ਕੋਈ ਆਸ਼ਵਾਸਨ ਦੇ ਕੇ ਗਏ ਆ ਕਿ ਪਰਿਵਾਰ ਆਰਥਿਕ ਤੌਰ ਤੇ ਵੀ ਕਮਜ਼ੋਰ ਹੋ ਗਿਆ ਹੋਣਾ, ਕਿਉਂਕਿ ਡੀ ਐਮ ਸੀ ਦਾ ਵੀ ਖਰਚਾ ਜਾਂਦਾ। ਇਹ ਚੀਜ਼ ਸੁਭਾਵਿਕ ਹੈ, ਜਦੋਂ ਪਰਿਵਾਰ ਦਾ ਮੋਢੀ ਇੱਕ ਬੈੱਡ ਤੇ ਪੈ ਜਾਵੇ ਤੇ ਆਰਥਿਕ ਤੰਗੀ ਆਰਥਿਕ ਪ੍ਰੋਬਲਮ ਤਾਂ ਸੁਭਾਵਿਕ ਆਉਣੀ ਆਉਣੀ ਹੈ, ਲੇਕਿਨ ਐਸਾ ਕੋਈ ਆਸ਼ਵਾਸਨ ਉਹਨਾਂ ਨੇ ਨਹੀਂ ਦਿੱਤਾ, ਸਿੰਪਲ ਹਾਲ ਚਾਲ ਉਹਨਾਂ ਨੇ ਪੁੱਛਿਆ, ਕੋਈ ਖਾਸ ਉਹ ਗੱਲ ਬਸ ਹਾਲ ਚਾਲ ਪੁੱਛ ਕੇ ਚਲੇ ਗਏ। ਜਿਸ ਹਿਸਾਬ ਨਾਲ ਲੁਧਿਆਣੇ ਇੰਨਾ ਵੱਡਾ ਕਾਂਡ ਹੋਇਆ ਸੀਗਾ ਅਤੇ ਉਸ ਹਿਸਾਬ ਨਾਲ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਐਮ ਪੀ ਹੋਣ ਦੇ ਨਾਤੇ ਇੱਕ ਜ਼ਿੰਮੇਵਾਰੀ ਬਣਦੀ ਸੀ ਸਾਰੇ ਕੰਮ ਛੱਡ ਕੇ ਪਹਿਲਾਂ ਲੁਧਿਆਣੇ ਆਉਣਾ ਚਾਹੀਦਾ ਸੀ? ਬਿਲਕੁਲ, ਜ਼ਿੰਮੇਵਾਰੀ ਤੋਂ ਭੱਜੇ ਨਜ਼ਰ ਆਏ, ਬਿਲਕੁਲ ਇਹਨਾਂ ਨੂੰ ਆਉਣਾ ਚਾਹੀਦਾ ਸੀਗਾ। ਚਲੋ ਮੈਂ ਤਾਂ ਹੁਣ ਬਿਮਾਰ ਪਿਆ, ਕੀ ਕਹਿ ਸਕਦਾ, ਠੀਕ ਹੈ ਨਾ, ਆਉਣਾ ਚਾਹੀਦਾ ਸੀ। ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਕੁਛ ਉਹਨਾਂ ਦੇ ਵਿਰੁੱਧ ਬੋਲੇ ਸੀ, ਮੈਂ ਕਿਹਾ ਜੀ ਮੈਨੂੰ ਤਾਂ ਨਹੀਂ ਲੱਗਦਾ ਮੈਂ ਬੋਲਿਆ, ਮੈਂ ਤਾਂ ਜੋ ਬੋਲਿਆ ਸੀਗਾ ਸਾਰੀ ਸੋਸ਼ਲ ਮੀਡੀਆ 'ਤੇ ਵੀ ਪਿਆ, ਅਖਬਾਰਾਂ 'ਚ ਵੀ ਪਿਆ, ਸਭ ਕੁਛ ਪਿਆ, ਜੇ ਮੈਂ ਕੁਛ ਗਲਤ ਬੋਲਿਆ ਤਾਂ ਮੈਨੂੰ ਦੱਸਿਆ ਜਾਵੇ ਕੁਛ ਵੀ ਨਹੀਂ ਕੀਤੀ ਜੀ। ਉਹਨਾਂ ਨੇ ਬਸ ਆਪਣੀ ਗੱਲ ਕਰਕੇ ਚਲੇ ਗਏ ਵੀ ਆਪਾਂ ਨੂੰ ਉਹ ਨਹੀਂ ਕਰਨਾ ਚਾਹੀਦਾ, ਆਪਾਂ ਵੀ ਇਕੱਠੇ ਮਿਲ ਕੇ ਰਹਿਣਾ ਚਾਹੀਦਾ, ਜਿਹੜੀ ਇੱਕ ਰੂਟੀਨ ਦੇ ਜਿਹੜੇ ਹੁੰਦੇ ਆ ਲੀਡਰਾਂ ਵਾਲੇ ਭਾਸ਼ਣ, ਉਹੀ ਬਸ ਉਹੀ ਨੇਤਾਗਿਰੀ ਕਰਨ ਆਏ ਸੀ ਗਏ ਕਹਿ ਸਕਦੇ। ਤੁਸੀਂ ਵੈਸੇ ਸਹਿਮਤ ਸੀ ਥਾਪਰ ਸਾਹਿਬ ਰਾਜਾ ਵੜਿੰਗ ਤੋਂ ਜਦੋਂ ਆਏ, ਉਹ ਸਹਿਮਤ ਸੀ ਉਹਨਾਂ ਦੇ ਆਉਣ ਤੇ? ਮੈਂ ਤਾਂ ਬਿਮਾਰ ਪਿਆ ਜੀ, ਮੇਰੇ ਨੂੰ ਤਾਂ ਮੈਂ ਕਿਸੇ ਨੂੰ ਰੋਕ ਥੋੜ੍ਹੀ ਚੱਲਦਾ, ਕੋਈ ਵੀ ਆ ਸਕਦਾ ਮੇਰੇ ਲਈ, ਮੈਨੂੰ ਤਾਂ ਹੁਣ ਇਹਦੇ ਵਿੱਚ ਮੈਂ ਨਾ ਤਾਂ ਕੋਈ ਰਾਜਨੀਤੀ ਕਰਨੀ ਹੈ ਨਾ ਕੁਛ, ਜਿਨ੍ਹਾਂ ਨੇ ਕਰਨੀ ਹੈ ਕਰਨ, ਮੈਂ ਕੀ ਕਰ ਸਕਦਾ। ਖਾਸ ਗੱਲ ਨਹੀਂ ਹੋਈ, ਕੋਈ ਗੱਲ ਨਹੀਂ ਹੋਈ ਜੀ, ਕੋਈ ਕੁਛ ਨਹੀਂ ਹੋਈ, ਬਾਕੀ ਤੁਹਾਨੂੰ ਪਤਾ ਤੁਸੀਂ ਲੋਕ ਬਾਹਰ ਖੜ੍ਹੇ ਸੀ, ਮੈਨੂੰ ਨਹੀਂ ਪਤਾ ਤੁਹਾਡੇ ਨਾਲ ਕੀ ਗੱਲ ਹੋਈ ਕੀ ਨਹੀਂ ਹੋਈ।